ਬਈ ਜਿਹੜੇ ਰਾਜਨ ਦੇ ਕਬੂਤਰ ਬਣੇ ਨੇ ਉਹ ਕਿੱਥੋਂ ਬਣੇ ਸੀ ਜਿਹੜੇ ਬਈ ਰਾਜਨ ਵਾਲੇ ਕਬੂਤਰ ਸੀ ਗਰੁੱਪਾਂ ਦੇ ਵਿੱਚ ਲੋਕ ਫੋਟੋਆਂ ਪਾਈ ਜਾਂਦੇ ਆ ਚਲੋ ਉਹ ਅਗਲੇ ਦੀ ਮਰਜ਼ੀ ਆ ਪਾਈ ਚੱਲੇ ਆਪਾਂ ਨੂੰ ਕੋਈ ਦੁੱਖ ਨਹੀਂ ਹੈਗਾ ਹਰੇਕ ਬੰਦਾ ਲਿਖ ਕੇ ਪਾਉਂਦਾ ਵੀ ਰਾਜਨ ਵਾਲੇ ਆ ਨਹੀਂ ਬਾਈ ਇਹ ਗੱਲ ਮੈਂ ਸਾਰੇ ਭਰਾਵਾਂ ਨੂੰ ਹੱਥ ਹੱਥ ਵੱਧ ਕੇ ਬੇਨਤੀ ਕਹਿਣਾ ਪਾਉਣਾ ਵੀ ਜੇ ਤੁਸੀਂ ਕਬੂਤਰ ਲਏ ਨਹੀਂ ਰਾਜਨ ਤੋਂ ਕਬੂਤਰ ਤੋਂ ਮੁੱਲ ਨਹੀਂ ਲਏ ਕਬੂਤਰ ਤੁਹਾਨੂੰ ਰਾਜਨ ਨੇ ਊ ਨਹੀਂ ਦਿੱਤੇ ਵੀ ਤੁਹਾਡੇ ਕੋਲ ਫਿਰ ਰਾਜਨ ਵਾਲੇ ਕਿੱਥੋਂ ਆ ਗਏ ਬਾਈ ਜੀ ਮੈਨੂੰ ਜਾਂਟੇ ਵਾਲੇ ਕਬੂਤਰਾਂ ਬਾਰੇ ਕੋਈ ਨੌਲੇਜ ਨਹੀਂ ਮੈਂ ਜਾਂਟੇ ਵਾਲੇ ਕਬੂਤਰਾਂ ਦੀ ਫੋਟੋ ਪਾਈ ਜਾਵਾਂ ਵੀ ਆਹ ਜਾਂਟੇ ਆਲਮ ਵਾਲੇ ਕਬੂਤਰਾ ਜਦੋਂ ਮੈਂ ਵਿਚਾਰੇ ਜਾਂਟੇ ਨੂੰ ਨਹੀਂ ਜਾਣਦਾ ਠੀਕ ਹੈ ਨਾ ਦੂਸਰੀ ਗੱਲ ਰਹਿ ਗਈ ਭੂਰੀ ਦੀ ਭੂਰੀ ਨੂੰ ਮੈਂ ਛੱਕ ਲਓ ਜਾਣਦਾ ਜਦੋਂ ਮੈਨੂੰ ਆਹੀ ਪਤਾ ਭੂਰੀ ਕੋਲ ਬਲੈਕ ਲਾਈਨ ਕਿਹੜੀ 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 ਚੰਗੀ ਆ ਮੈਨੂੰ ਦੋ ਕਬੂਤਰਾਂ ਦਾ ਨਸਲਾਂ ਦਾ ਪਤਾ ਇੱਕ ਤਾਂ ਮੋਰ ਦੇ ਕਬੂਤਰਾਂ ਦਾ ਅਤੇ ਇੱਕ ਇੱਕ ਰਾਜਨ ਵਾਲੇ ਕਬੂਤਰ ਰਾਜਨ ਵਾਲੇ ਕਬੂਤਰ ਨੂੰ ਬੰਦਾ ਕੱਪੜੇ ਦੇ ਵਿੱਚ ਵਿੱਚ ਲੁਕੋ ਲਈ ਇੱਕ ਉਹਦਾ ਪੱਲਾ ਨੰਗਾ ਨੰਗਾ ਕਰਦੇ ਮੈਂ ਉਹਦਾ ਪੱਲਾ ਵੇਖ ਕੇ ਮੈਨੂੰ ਇੱਕ ਨਿਸ਼ਾਨੀ ਆ ਮੈਂ ਦੱਸ ਦੂੰ ਵੀ ਇਹ ਰਾਜਨ ਵਾਲਾ ਕਬੂਤਰ ਠੀਕ ਹੈ ਜੀ ਦੂਜੀ ਰਾਜਨ ਵਾਲੇ ਕਬੂਤਰਾਂ ਦਾ ਪੈਂਟ ਦੱਸਦਾ ਜੇ ਪਿੰਡ ਛੱਡ ਕੇ ਜਾਂਦੇ ਆ ਉਹ ਰਾਜਨ ਵਾਲੇ ਕਬੂਤਰ ਤੇ ਦੂਜੀ ਮੇਰਾ ਸਟਾਰ ਵੀ ਆ ਮੋਰ ਬੱਪੀਆਂ ਉਹਦੇ ਕਬੂਤਰਾਂ ਵਿੱਚ ਰਾਜਨ ਵਾਲਿਆਂ ਦਾ ਅੱਧਾ ਅੱਧਾ ਤੇ ਜਿਹਦੇ ਕੋਲ ਜਮਾ ਪਿਓਰ ਆ ਹੁਣ ਸਾਰੇ ਪੰਜਾਬ ਨੂੰ ਮੂਹਰੇ ਲਾਈ ਲਾਉਣ ਵਾਲੀ ਗੱਲ ਹੀ ਆ ਚਲੋ ਪੰਜਾਬ ਨੂੰ ਟੱਕੇ ਲਾਈ ਬੰਦਾ ਉਹਦੀ ਉਹਦੀ ਖੇਡ ਆ ਵੀ ਜਿੱਤ ਪ੍ਰਾਪਤ ਕਰਦਾ ਮਿਹਨਤ ਦੇ ਨਾਲ ਤੇ ਬਾਜੀਆ ਵੀ ਵਧੀਆ ਜਿੱਤਦਾ ਗਾ ਵੀ ਜਿਹੜਾ ਮੋਰ ਵਾਲਿਆਂ ਦੇ ਵਿੱਚ ਰਾਜਨ ਵਾਲਿਆਂ ਦਾ ਅੱਧਾ ਮੋਰ ਦੇ ਵਧੀਆ ਕਬੂਤਰ ਜਿੱਦੇ ਆ ਜਿਹਦੇ ਕੋਲ ਇਕੱਲੇ ਰਾਜਨ ਵਾਲੇ ਆ ਉਹ ਤਾਂ ਪੱਟੀ ਨੀ ਕੀ 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 ਕਰ ਦੂਗਾ ਸਹੀ ਗੱਲ ਹੈ ਜਮਨ ਹੈ ਵੀ ਕਹਿਣ ਤੋਂ ਭਾਵ ਇੱਥੇ ਬਾਈ ਧੰਨੇ ਕਹਿੰਦੇ ਕਬੂਤਰ ਛੱਡਾ ਜੀ ਬਹਿਣੀ ਵਾਲੇ ਅੱਛਾ ਜੀ ਬਹਿਣੀ ਵਾਲ ਤੋਂ ਕਬੂਤਰ ਹੱਲ ਕੇ ਲੋਕ ਤਰੀਫ ਕਰੀ ਜਾਂਦੇ ਆ ਇਕੱਲੀ ਕਬੂਤਰੀ ਦੀ ਇਕੱਲੀ ਕਬੂਤਰੀ ਦੀ ਤਰੀਫ ਵੀ ਨਹੀਂ ਕਰੀ ਜਾਂਦੀ ਤੇ ਨਾਲ ਮਰਦ ਦੀ ਵੀ ਕਰੀ ਜਾਂਦੀ ਠੀਕ ਹੈ ਨਾ ਆਪਾਂ ਕਹਿੰਦੇ ਹਾਂ ਵੀ ਕਬੂਤਰੀ ਤੇ ਜੇ ਕਬੂਤਰੀ ਆਪਾਂ ਕਬੂਤਰ ਨਾਲ ਲਾਈ ਆ ਬੱਚੇ ਤਾਂ ਫੇਰ ਹੀ ਉੱਡੇ ਨਾ ਇਕੱਲੀ ਦੇ ਤਾਂ ਉੱਡੇ ਨਹੀਂ ਦੂਸਰੀ ਗੱਲ ਜੀ ਉਹ ਕਬੂਤਰ ਨਿਕਲ ਕੇ ਚਲਾਂ ਵਾਲੇ ਵੱਗ ਗਿਆ ਚਲਾਂ ਵਾਲੇ ਚੰਪਾਹੌੜ ਨਾਂ ਦਾ ਬੰਦਾ ਗਾ ਅੱਜ ਨਿੰਮ ਸਾਬਤ ਖੜਾ ਗੁਰਦੁਆਰੇ ਸਾਹਿਬ ਕੋਲੇ ਜਾ ਕੇ ਉਹਦੇ ਉੱਤੇ ਬਹਿ ਗਿਆ ਕਬੂਤਰ ਚਮਕੌਰ ਨੇ ਲਾ ਲਿਆ ਚਮਕੌਰ ਕਬੂਤਰ ਟਾਵਲ ਤੇ ਬੈਠੇ ਉਹਨੂੰ ਵੀ ਚਮਕੌਰ ਲਾਉਂਦਾ ਸੀ ਬਾਰਡਰ ਬਕਸ ਤੇ ਬੈਠੇ ਉਹਨੂੰ ਵੀ ਚਮਕੌਰ ਲੈਂਦਾ ਸੀ ਲਾਉਂਦਾ ਸੀ ਹਰੇਕ ਬੰਦੇ 'ਚ ਕੋਈ ਗੁਣ ਹੁੰਦਾ ਕੋਈ ਬੰਦਾ ਦਾ ਕਬੂਤਰ ਡਾਉਣ ਦਾ ਸ਼ੌਕੀਨ ਹੁੰਦਾ ਕੋਈ ਭੱਜ ਕੇ ਚੱਕਣ ਦਾ ਸ਼ੌਕੀਨ ਹੁੰਦਾ ਕੋਈ ਲਾਹੌਣ ਦਾ ਸ਼ੌਕੀਨ ਹੁੰਦਾ ਕੋਈ ਬੱਚੇ ਪਲਵਾਉਣ ਦਾ ਸ਼ੌਕੀਨ ਸੀ ਜਿਹੜਾ ਚਮਕੌਰ ਸੀ ਹੈ ਤਾਂ ਆਪਣਾ ਭਰਾ ਮੇਰੇ ਨਾਲ ਰਹਿੰਦਾ ਪਰ ਉਹ ਕਬੂਤਰ ਚੱਕਣ ਦਾ ਬੜਾ ਮਿਹਨਤੀ ਸੀ ਠੀਕ ਹੈ ਉਹਨੇ ਚੱਕ ਕੇ ਉਹ ਕਬੂਤਰ ਬਾਈ ਜੀ ਸੁਖੇ ਨੂੰ ਦੇਤਾ ਚਲਾ ਲਈ ਅੱਜ ਚਲੋ ਸਾਡਾ ਭਰਾ ਗਾ ਸੁਖਾ ਨਹੀਂ ਰਿਹਾ ਦੁਨੀਆ ਤੋਂ ਤੁਰ ਗਿਆ ਅੱਜ ਉਹ ਜਿਹੜਾ ਸੁਖੇ ਨੂੰ ਦੇਤਾ ਸੁਖੇ ਕੋਲੇ ਰਾਜਨ ਦੀ ਆਉਣੀ ਜਾਣੀ ਸੀ ਠੀਕ ਹੈ ਜੀ ਜਦੋਂ ਸੁਖੇ ਕੋਲ ਰਾਜਨ ਦੀ ਆਉਣੀ ਜਾਣੀ ਸੀ ਉੱਥੋਂ ਬਈ ਰਾਜਨ ਲੈ ਗਿਆ ਕਬੂਤਰ ਠੀਕ ਹੈ ਜੀ ਜਦੋਂ ਰਾਜਨ ਲੈ ਗਿਆ ਤੇ ਉਹ ਭਾਈ ਜਦੋਂ ਸੁਖੇ ਦੇ ਨਾਲ ਇੱਕ 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 ਮੁੰਡਾ ਪਿੰਡ ਛੱਡ ਕੇ ਵਗਿਆ ਤੇ ਆਪਣੇ ਨਾਨਕ ਉੱਥੇ ਰਹਿੰਦਾ ਸੌਰੀ ਕਲਾਣੀ ਤੇ ਉਹਦਾ ਨਾਂ ਸੀ ਗੋਰਾ ਅੱਛਾ ਜੀ ਗੋਰਾ ਕਹਿੰਦਾ ਵੀ ਸੁਖਿਆ ਵੀ ਆਪਾਂ ਕਬੂਤਰ ਚੰਗਾ ਦੇਤਾ ਉਹ ਕਹਿੰਦਾ ਆਪਾਂ ਮਰਵਾ ਲੈਂਦੇ ਹਾਂ ਭਾਈ ਇਹ ਮਰਵਾਉਣ ਵਗੇ ਲਾਭੇ ਚੈਂਚਲੀ ਦੀ ਪੂਰੀ ਲਿਆ ਸੀ ਉਹਨਾਂ ਨੇ ਲਾਭੇ ਚੈਂਚਲੀ ਦੀ ਲਿਆ ਸੀ ਕਬੂਤਰ ਬਾਈ ਜੀ ਇਹਨਾਂ ਨੇ ਲਿਆਂਦਾ ਠੀਕ ਹੈ ਜੀ ਲਿਆ ਕੇ ਕਬੂਤਰ ਇਹਨਾਂ ਨੇ ਜੀਤ ਕੇ ਵੱਜਦੇ ਉੱਥੇ ਬਹਿਣੀ ਵਾਲਾ ਜੀਤ ਕੇ ਘਰੇ ਇਹਨਾਂ ਨੇ ਕਬੂਤਰ ਛੱਡਿਆ ਠੀਕ ਹੈ ਜੀ ਚਲੋ ਜਦੋਂ ਛੱਡਿਆ ਦਾ ਕਬੂਤਰ ਦੁਬਾਰੇ ਇਹ ਰਾਤ ਨੂੰ ਪਿੰਡ ਲਿਆਏ ਕਬੂਤਰ ਚਲੋ ਰਾਜਨ ਨੇ ਐਡੀ ਮਿੱਤਰਤਾ ਪਾਈ ਇਹਨਾਂ ਨਾਲ ਦੁਬਾਰੇ ਕਬੂਤਰ ਲੈ ਲਿਆ ਠੀਕ ਹੈ ਜੀ ਜਦੋਂ ਕਬੂਤਰ ਲੈ ਲਿਆ ਉਹ ਭਾਈ ਇਹਨਾਂ ਨੇ ਘਰੇ ਦੋ ਬੱਚੇ ਕੱਢੇ ਇੱਕ ਚਿੱਟੀਆਂ ਦਾ ਇੱਕ ਚਿੱਟੀ ਕਾਲੀ ਦੀ ਉਦੋਂ ਲੋਕ ਧੁੰਦਾਂ ਚ ਕਬੂਤਰ ਡਾਉਂਦੇ ਹੁੰਦੇ ਬਾਜੀਆਂ ਬੂਜੀਆਂ ਦਾ ਸ਼ੌਕ ਤਾਂ ਹੈ ਨਹੀਂ ਸੀ ਉਹ ਕਬੂਤਰਾਂ ਦਾ ਸੀ ਉਹ ਦੋਨੇ ਕਬੂਤਰੀ ਤੇ ਕਬੂਤਰੀ ਮੇਰੇ ਪਿੰਡ ਆ ਗਏ ਧੁੰਦ ਚ ਆ ਗਏ ਉਹ ਮੈਂ ਦੋਨੇ ਫੜ ਲਏ ਮੈਂ ਵੀ ਹੁਣ ਆਪਦੇ ਬਾਰੇ ਵੀ ਤੁਹਾਨੂੰ ਗੱਲ ਦੱਸਦਾ ਵੀ ਮੇਰਾ ਮਨ ਬੇਈਮਾਨ ਨਾ ਮੈਂ ਰਹਿੰਦਾ ਰੋਜ਼ ਨਾਲ ਸੀ ਆਪਾਂ ਲੋਕਾਂ ਨੂੰ ਪੜਦਾ ਨਹੀਂ ਰੱਖਦੇ ਮੈਂ ਕੰਧ ਦੇ ਵਿੱਚ ਛੱਬਲ ਨਾਲ ਉਹ ਬਣਾ ਲਿਆ ਖੁੱਡਾ ਮੇਰਾ ਬਾਬਾ ਕਹਿੰਦਾ ਵੀ ਕੀ ਕਰੀ ਜਾਂਦਾ ਤੂੰ ਦਰਵਾਜ਼ਾ ਢਾਵੇਂਗਾ ਮੈਂ ਆਖਿਆ ਨਹੀਂ ਬਾਬਾ ਦਰਵਾਜ਼ਾ ਨਹੀਂ ਢਾਉਂਦਾ ਮੈਂ ਤਾਂ ਉੱਥੇ ਖੁੱਡਾ ਬਣਾਉਣਾ ਉਹਦੇ ਵਿੱਚ ਪਾ ਕੇ ਮੈਂ ਛੋਟੀ ਜਿਹੀ ਟਾਕੀ ਦੇ ਵਿੱਚ ਜੋੜਾ ਛੱਡ ਕੇ ਤੇ ਮੂਹਰੇ ਮੰਜਾ ਲਾ ਦਿਆ ਕਰਾਂ ਚਿੱਟੀ ਕਾਲੀ ਆਖਦੀ ਕਬੂਤਰੀ ਤੇ ਚਿੱਟੀਆਂ ਦਾ ਕਬੂਤਰ ਸੀ ਮੈਂ ਇਹਨਾਂ ਨਾਲ ਰਾਜਨ ਤੇ ਛੁਕੇ ਉਹਨਾਂ ਨਾਲ ਰੋਜ਼ ਭਲਾਉਂਦਾ ਫਿਰਦਾ ਰਿਹਾ ਕਰਾਂ ਕਬੂਤਰ ਭਲਾਉਂਦਾ ਫਿਰਿਆ ਕਰਾਂ ਕਬੂਤਰ ਮੇਰੇ ਕੰਧ 'ਚ ਠੀਕ ਹੈ ਜੀ
है भाई जी कबूतर मेरी मेरे को कंध च जिते मैं फिलता रहा। फिर एक दिन अठ बजना वन मेरे याद आई भी आप रोज कट्ठे रहने भी कबूतर तो यह नंगे हो गए आप इन्हों मूँ ही दे दिए। मैं कबूतर में छूके ना मेरी लिहाज वाली जी मैं छूके वापस करके दोने हाँ वो दोने कबूतर भाई कबूतर ही तेलू पे करो आई जी कबूतर धन्ने वाला जी तो कबूतर भी थोड़े जी राजनाले कबूतर बई उन्हां नूं पिंजरे दे विच विच पाली ओ छिट्टा नहीं झकदे ओह आए बड़े बड़े छिट्टा नहीं झकदे ओह ना आए आए ढोण मोड़ के झकदे आए इक तां उन्हां दी इह इह निशानियां दूजी वां दस भी ना चलो दसनी भी जरूरी आ राजनाले कबूतर ने इथे फूक मार दियो कशीर होणगे पल्ले दे विच मतलब बाल जे होणगे नहीं जिवें अपना ज्यों वाला कशीर नहीं हुंदा काला जिवें आपां जोंदर दा कशीर लाईए राजनाले कबूतर दे इथे कशीर होणगे है ठीक है जी भी राजनाले कबूतर ने कशीर होणगे राजनाले कबूतर ने इक कांत ते हरा हरा रंग ला दी जो रंग कांत ते लाता राज रंग नहीं जी वाला लाउंदा ओ लाउंदा गुलाबी टौरी हरी कांत हरी पूछ गुलाबी कांत ओ आए लाता जिवें पल्ला बड़ा 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 हुंदा जो दूरों कबूतर उड के आउंदा ना ओ आए लाता भी इहदा रंग वाला पल्ला बड़ा बिक पल्ला बड़ा लगदा हाँ ते जे आप आखीए भी राजनाले कबूतर बन गए चलो मैं मानता भी किसी को बन गए होंगे बहनी हाल तो कबूतर राजनाला आ गया कबूतर आ गया कबूतरी तो आई नहीं आई नहीं मैं वो कबूतरी उहदे नाल होर ला ली कबूतर का रह गया अद्ध रह गया ना फिर मैं किसी नूं कहता भी आ राजनाले का पट्ठा उन्हें जाके कबूतरी होर ला ली उत्थे भी अद्ध रह गया फिर उन्हें गाहां देता तीजी था भी यह राजनाला उत्थे जाके तो खत्म ही हो गए राजन को मेन दस कबूतर होंगे चलो परमात्मा अपने को नहीं रहा कला बहुत वड्डी जिन्ना दिमाग अपना हुण हुण काम करदा ना ओदो काम ओदा ओदो करदा जी जदों बिजली आई है ना ओदो बिजली दे कोई डाटा चुट नवे लवे नहीं सी हुंदा ते ओ फिटिंग करदा हुंदा बिजली दी लत दा हारी सी अच्छा जी लत दा हारी सी पब चक के रखदा साइकिल चलाउंदा हुंदा ठीक है जी ते दिमागी बड़ा अच्छी बन है हां जी ते होर भाई जे कोई गल पुछना ते एक भाई गल आई सीगी राजन ने घरों भाई मोर नु भी कबूतर दित्ता सी भाई राजन दे घरों कबूतर मोर नु ओदे ओदे घरवाली ने दबाया हां जी ए गल सुनी हुई है आपा ओही पुछता भाई बाजी ते जांदा सी भाई बाजी ते जांदा जी राजन ओनु टक्कर गया ते ओनु घरे घरे लै गया चलो ओ बेचारे चलो दुनिया दे विच हुंदी आ चलो भाई मोर वधिया बाजियां भी जितदा सी ओ भी जितदा सी भी इक इन्हां नूं उन्होंने बच्चे पट्ठा देता सी ठीक है जी हां दित्ता का मैं फेर ही कहना भी मोर वाला अड्डा ठीक है जी।